ਪ੍ਰੋਗਰਾਮ ਵਿੱਚ ਆਪ ਜੀ ਦਾ ਦੁਆਰਾ ਸਵਾਗਤ ਕੀਤਾ ਜਾਂਦਾ ਹੈ। ਤੋਂ ਅੱਜ ਅਸੀਂ ਵਿਚਾਰ ਕਰਦੇ ਹਾਂ ਕਾਦਰ ਦੀ ਤੇ ਕੁਦਰਤ ਦੀ ਜਿਹੜੀ ਕਿ ਸਾਡੇ ਜੀਵਨ ਦੇ ਵਿੱਚ ਜੋ ਵੀ ਘਟਨਾ ਵਾਪਰਦੀ ਹੈ। ਉਹਦੇ ਪਿੱਛੇ ਕੋਈ ਨਾ ਕੋਈ ਕੋਈ ਨਾ ਕੋਈ ਜ਼ਰੂਰ ਰਾਜ ਹੁੰਦਾ ਹੈ। ਪਰ ਸਾਨੂੰ ਉਹਦਾ ਪਤਾ ਨਹੀਂ ਲੱਗਦਾ। ਇਸ ਅਰ ਵਿੱਚ ਕੀ ਰਾਜ ਹੈ ਕਿਉਂ ਪਤਾ ਨਹੀਂ ਲੱਗਦਾ ਕਿ ਸਾਡੀ ਸੋਚਣੀ ਜਿਹੜੀ ਆ ਉੱਥੇ ਤੱਕ ਨਹੀਂ ਪਹੁੰਚੇ ਪਰ ਜਿਨ੍ਹਾਂ ਦੀ ਸੋਚਣੀ ਉੱਥੇ ਤੱਕ ਪਹੁੰਚ ਜਾਂਦੀ ਹੈ ਜਿਹੜੇ ਕਰਤੇ ਦੀ ਕੁਦਰਤ ਨੂੰ ਜਾਣ ਜਾਂਦੇ ਆ ਉਹਨਾਂ ਨੂੰ ਪਿਛਲਾ ਵੀ ਪਤਾ ਲੱਗ ਜਾਂਦਾ ਜੋ ਕੀ ਵਾਪਰਿਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਉਹ ਵੀ ਵਾਪਰ ਜਾਂਦਾ ਉਹਦੇ ਬਾਰੇ ਪਤਾ ਲੱਗ ਜਾਂਦਾ ਪਰ ਪਤਾ ਉਹ ਨਹੀਂ ਲੱਗ ਸਕਦਾ ਜਿਹੜਾ ਕਰਤੇ ਦੇ ਨਾਲ ਜੁੜਿਆ ਹੋਵੇ ਜਿਹੜਾ ਕੁਦਰਤ ਦੇ ਨਾਲ ਜੁੜਿਆ ਹੋਵੇ ਉਹ ਨੂੰ ਨੇ ਪਤਲਾ ਸ। ਇਹ ਹੀ ਆਮ ਤੌਰ ਤੇ ਅਸੀਂ ਗੱਲਾਂ ਕਰਦੇ ਹਾਂ ਕਿ ਇਸ ਜਨਮ ਦੇ ਵਿੱਚ ਅਸੀਂ ਆ ਕੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਆਪਣੇ ਸਾਖ ਸੰਬੰਧੀਆਂ ਦੇ ਵਿੱਚ ਆਪਣੀ ਇੱਕ ਵੱਖਰੀ ਦੁਨੀਆ ਬਣਾ ਕੇ ਉਹਦੇ ਚੱਕਰ ਦੇ ਵਿੱਚ ਅਸੀਂ ਆਪਣਾ ਸਾਰਾ ਜੀਵਨ ਜਿਹੜਾ ਆ ਬਤਾ ਲੈਨੇ ਆ। ਕਿਸੇ ਨੂੰ ਕੋਈ ਰਿਸ਼ਤੇਦਾਰੀ ਨੇ ਫਾਇਦਾ ਦਾ ਕੋਈ ਆਪਣੀ ਹੌਮੇਂ ਚ ਫਸ ਜਾਂਦਾ ਹੈ ਕੋਈ ਆਪਣੀ ਕੁਰਸੀ ਦੇ ਵਿੱਚ ਫਸ ਜਾਂਦਾ ਹੈ ਕੋਈ ਆਪਣੇ ਪੈਸੇ ਦੇ ਹਿਸਾਬ ਦੇ ਨਾਲ ਫਸ ਜਾਂਦਾ ਉਹ ਆਪਣੀ ਦੁਨੀਆ ਬਣਾ ਕੇ ਆਪ ਹੀ ਬੈਹ ਜਾਂਦਾ ਉਹਦੇ ਵਿੱਚ ਜਿਹੜਾ ਫਸ ਜਾਂਦਾ ਉਹ ਫਿਰ ਉਸੇ ਚੱਕਰ 'ਚ ਫਸ ਰਹਿਦਾ ਪਰ ਉਹ ਕਰਤੇ ਨੂੰ ਨਹੀਂ ਜਾਣ ਸਕਦਾ ਪਰ ਜਿਹੜੇ ਇਸ ਚੱਕਰ ਤੋਂ ਬਾਹਰ ਚੱਲ ਜਾਂਦੇ ਆ ਜਿਹੜੇ ਇਹ ਰਿਸ਼ਤੇ ਤਾਰੀਆਂ ਭੈਣਾ ਭਰਾ ਭਾਵੇਂ ਅਸੀਂ ਉਹ ਸਾਰਾ ਕੁਝ ਚਲਾਉਣਾ ਪਰ ਫਿਰ ਵੀ ਉਸ ਚੱਕਰ ਦੇ ਵਿੱਚ ਨਹੀਂ ਫਸਣਾ ਉਸ ਚੱਕਰ ਤੋਂ ਬਾਹਰ ਜਾਣਾ ਹੈ ਉਹ ਚੱਕਰ ਤੋਂ ਬਾਹਰ ਆਪਣੀ ਸੋਚ ਰੱਖਣੀ ਆ ਆਪਣਾ ਲਗਾਓ ਉਸ ਚੱਕਰ ਤੋਂ ਬਾਹਰ ਰੱਖਣਾ ਹੈ ਭਾਵੇਂ ਤੁਹਾਡੇ ਤੋਂ ਲੱਖਾਂ ਕਰੋੜਾਂ ਆਰਮਾ ਖਰਮਾ ਰੁਪਏ ਹੈਗੇ ਆ ਪਰ ਜਿਹੜੀ ਤੁਹਾਡੀ ਸੋਚਣੀ ਆ ਉਹ ਉਸ ਗਰੀਬੀ ਦਾਵੇ ਦੀ ਹੋਣੀ ਚਾਹੀਦੀ ਆ ਇਹ ਪੈਸੇ ਜਿਹੜੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੈਸੇ ਜਿੰਨੇ ਵੀ ਆ ਦੌਲਤ ਜਿੰਨੇ ਵੀ ਆ ਸ਼ੋਰਤ ਜਿੰਨੇ ਵੀ ਆ ਸਾਰੀ ਇੱਥੇ ਪੈਦਾ ਹੋਈ ਤੇ ਇੱਥੇ ਰਹਿਣੀ ਆ ਪਰ ਇਸ ਤੋਂ ਬਾਹਰ ਇੱਕ ਹੋਰ ਕੋਈ ਚੀਜ਼ ਹੈਗੀ ਆ ਉਹ ਕਰਤਾ ਹੈ ਕਰਤੇ ਨੂੰ ਮਿਲਣ ਵਾਸਤੇ ਸਾਨੂੰ ਇਹ ਸਮਾਂ ਮਿਲਿਆ ਤੇ ਉਸ ਨੂੰ ਅਸੀਂ ਮਿਲਣਾ ਕਿਦਾਂ ਪਹਿਲੀ ਗੱਲ ਸਾਨੂੰ ਆਪਣੇ ਇਸ ਦਿਮਾਗ ਦੇ ਵਿੱਚ ਆਪਣੀ ਸੋਚਣੀ ਦੇ ਵਿੱਚ ਹਰ ਸਮੇਂ ਜਿੱਦਾਂ ਕਹਿੰਦੇ ਆ ਕਿ ਸਾਨੂੰ ਮੌਤ ਸਾਰਿਆਂ ਨੂੰ ਆਉਣੀ ਆ ਮੌਤ ਗੁਰਮਤ ਕਹਿੰਦੀ ਆ ਮੌਤ ਤੋਂ ਡਰਨਾ ਨਹੀਂ ਆ ਕਿਉਂਕਿ ਮੌਤ ਇੱਕ ਐਸੀ ਚੀਜ਼ ਆ ਜਿਹੜੀ ਇਹ ਟਾਲ ਨਾ ਸਕਾਈ ਆ ਜੋ ਪੈਦਾ ਹੋਇਆ ਉਹਨੇ ਮਰਨਾ ਕੋਈ ਦੋਰਾਵਾ ਨਹੀਂ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਐਸਾ ਕੁਝ ਵੀ ਨਹੀਂ ਹੋ ਸਕਿਆ ਜੋ ਪੈਦਾ ਹੋਇਆ ਵੀ ਇਨਸਾਨੀ ਤੌਰ ਦੇ ਉੱਤੇ ਤੂੰ ਨਾ ਮਰਿਆ ਹੋਵੇ ਇਹ ਗੱਲ ਵੱਖਰੀ ਆ ਕਿ ਉਹਦੇ ਜਿਹੜੇ ਵਿਚਾਰ ਆ ਕਿਸੇ ਸਮੇਂ ਇੰਨੇ ਉੱਚੇ ਚਲ ਗਏ ਕਿ ਉਹ ਸਦੀਵੀ ਹੋ ਗਏ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿਚਾਰਾਂ ਤੋਂ ਰੋਸ਼ਨੀ ਲੈ ਕੇ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਇਹ ਗੱਲ ਵੱਖਰੀ ਆ ਪਰ ਸਰੀਰਕ ਤੌਰ ਤੇ ਜੋ ਵੀ ਉਪਜਿਆ ਉਹਨੇ ਖਤਮ ਹੋਣਾ ਉਹਨੇ ਮਰਨਾ ਇਹ ਤਾਂ ਸੱਚ ਹੈ ਪਰ ਮੌਤ ਤੋਂ ਡਰਨਾ ਨਹੀਂ ਤੇ ਮੌਤ ਨੂੰ ਹਮੇਸ਼ਾ ਯਾਦ ਰੱਖਣਾ ਇਹ ਵੀ ਇੱਕ ਸਾਨੂੰ ਸੇਧ ਦਿੰਦਾ ਹੈ ਜੇ ਅਸੀਂ ਕਰਤੇ ਦੀ ਕੁਦਰਤ ਨੂੰ ਸਮਝਣਾ ਤੇ ਸਾਨੂੰ ਹਮੇਸ਼ਾ ਮੌਤ ਨੂੰ ਯਾਦ ਰੱਖਣਾ ਪਊਗਾ ਜਦੋਂ ਅਸੀਂ ਮੌਤ ਨੂੰ ਭੁੱਲ ਜਾਵਾਂਗੇ ਤੇ ਸਾਡੇ ਵਿੱਚ ਹਉਮੈ ਹੰਕਾਰ ਵੈਰ ਵਿਰੋਧ ਈਰਖਾ ਸਾਰੀਆਂ ਜਿਹੜੀਆਂ ਉਹ ਬਿਮਾਰੀਆਂ ਸਾਡੇ ਤੇ ਆ ਕੇ ਡੇ ਪਰ ਜਿਹੜੀ ਬਾਕੀ ਸਰੀਰ ਕੁਬਾਰੀਆਂ ਲੱਗਣੀਆਂ ਜਿਹੜੀਆਂ ਨਾ ਉਹ ਵੱਖਰੀਆਂ ਆ ਉਹ ਝੁੰਗੇ ਵਿੱਚ ਆ ਜਿਦਾ ਹੀ ਦੁਕਾਨ ਤੇ ਝੁੰਗਰੇ ਝੁੰਗੇ ਵਿੱਚ ਜਿਹੜੀ ਬਾਕੀ ਦੀ ਬਿਮਾਰੀ ਲੱਗਦੀ ਆ ਪਰ ਅਸਲ ਵਿੱਚ ਜਿਹੜੀ ਆ ਉਹ ਹਉਮੈ ਵੈਰ ਵਿਰੋਧ ਹੰਕਾਰ ਜਿਹੜਾ ਆ ਉਹ ਆ ਇਹਨਾਂ ਸਾਰੀ ਚੀਜ਼ਾਂ ਦੀ ਜੜ ਜਿਹਦੇ ਵਿੱਚੋਂ ਇਹ ਬਾਕੀ ਸਾਰੀਆਂ ਬਿਮਾਰੀਆਂ ਜਿਹੜੀਆਂ ਸਾਨੂੰ ਲੱਗ ਜਾਂਦੀਆਂ ਉਪਜਾਨੀਆਂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਿਉਂਕਿ ਇਨਸਾਨ ਆ ਇਸਨਾਂ ਕਿਸੇ ਤਰੀਕੇ ਨਾਲ ਇਹਨਾਂ ਦੇ ਵਿੱਚ ਫਾਚਣੇ ਆ ਪਰ ਇਹਨਾਂ ਸਾਰਿਆਂ ਨੂੰ ਸਮਝਣ ਲਈ ਜੋ ਗੁਰੂ ਸਾਹਿਬ ਕਹਿੰਦੇ ਆ ਸਾਨੂੰ ਹਮੇਸ਼ਾ ਮੌਤ ਨੂੰ ਯਾਦ ਰੱਖਣਾ ਪਊਗਾ ਜੇ ਅਸੀਂ ਹਮੇਸ਼ਾ ਮੌਤ ਨੂੰ ਯਾਦ ਰੱਖਾਂਗੇ ਕਿ ਜੋ ਕੁਝ ਵੀ ਪ੍ਰਾਪਤ ਹੋਇਆ ਇੱਥੋਂ ਪ੍ਰਾਪਤ ਹੋਇਆ ਤੇ ਇੱਕ ਦਿਨ ਇਹ ਸਾਰਾ ਕੁਝ ਅਸੀਂ ਛੱਡ ਗਏ ਉਸੇ ਤਰੀਕੇ ਨਾਲ ਚਲ ਜਾਣਾ ਮੌਤ ਨੂੰ ਯਾਦ ਰੱਖਣਾ ਸਿਰਫ ਇੰਨੀ ਗੱਲ ਆ ਮੌਤ ਨੂੰ ਇਹ ਨਹੀਂ ਸਿਰਫ ਯਾਦ ਰੱਖਣਾ ਵੀ ਮੈਂ ਕੰਨ ਉੱਥੇ ਡਿੱ ਗਿਆ ਪਿਆ ਉਹਨੂੰ ਸੁਪਨੇ ਦੇਖ ਜਾਵੇ ਮੈਂ ਉੱਥੇ ਗੱਡੀ ਤੇ ਲਿਆ ਕੇ ਮਰ ਜਾਣਾ ਮੇਰਾ ਐਕਸੀਡੈਂਟ ਹੋ ਕੇ ਮਰ ਜਾਣਾ ਮੈਂ ਬਿਮਾਰ ਹੋ ਕੇ ਮਰ ਜਾਣਾ ਮੈਂ ਹਸਪਤਾਲ ਜਾ ਕੇ ਉੱਥੇ ਕਿਸੇ ਟੀਕਾ ਲਾ ਦੇਣਾ ਮੈਂ ਤਾਂ ਮਰ ਜਾਣਾ ਮੌਤ ਨੂੰ ਯਾਦ ਰੱਖਣਾ ਇਹ ਨਹੀਂਗਾ ਮੌਤ ਨੂੰ ਸਿਰਫ ਯਾਦ ਰੱਖਣਾ ਇਹ ਨਾ ਕਿ ਜੋ ਕੁਝ ਮੇਰੇ ਕੋਲ ਹੈਗਾ ਇਹ ਸਾਰਾ ਕੁਝ ਕਿਸੇ ਨੇ ਮੈਨੂੰ ਦਿੱਤਾ ਇਹ ਸਾਰਾ ਕੁਝ ਮੈਂ ਇੱਥੇ ਛੱਡ ਕੇ ਇੱਕ ਦਿਨ ਮੈਂ ਚਲੇ ਜਾਣਾ ਨਾਲ ਕੁਝ ਨਹੀਂ ਔਰ ਇਵਨ ਇੱਥੇ ਤਾਂ ਕਿ ਜਿਹੜਾ ਜਿਹੜਾ ਸਰੀਰ ਮੈਂ ਲੈ ਕੇ ਆਇਆ ਇਹ ਵੀ ਮੈਨੂੰ ਕਿਸੇ ਨੇ ਦਿੱਤਾ ਕੀ ਨੇ ਦਿੱਤਾ ਉਹ ਕਾਦਰਿਆ ਤੇ ਕਾਦਰ ਤੋਂ ਅਸੀਂ ਵਿਛੜੇ ਆ ਤੇ ਕਾਦਰ ਨੂੰ ਜਾ ਕੇ ਮਿਲਣਾ ਇਹ ਸਾਡਾ ਇੱਕ ਬਖਵਾਇਆ ਇੱਕ ਸੁਪਨਾ ਜਿਹੜਾ ਗੁਰਮਤ ਕਹਿੰਦੀ ਹੈ ਇੱਕ ਸੁਪਨੇ ਦੀ ਨਿਆਈਂ ਆ ਸੁਪਨੇ ਦੇ ਵਿੱਚ ਅਸੀਂ ਕਈ ਵਾਰੀ ਲੱਮੇ ਲੱਮੇ ਸੁਪਨੇ ਦੇਖਦੇ ਆ ਸੇ ਨੂੰ ਓੜਦੇ ਆ ਉਹ ਚ ਕੁਛ ਨਹੀਂ ਨਾ ਮਨਜਿਤ ਲਮੇ ਪਏ ਹੁੰਦੇ ਆ ਕਈ ਸੁਪਨੇ ਬਹੁਤ ਵਧੀਆ ਵਧੀਆ ਹੁੰਦੇ ਆ ਕਈ ਸੁਪਨੇ ਬੜੇ ਭੜੇ ਭੜੇ ਹੁੰਦੇ ਆ ਉਹ ਸਾਡੇ ਜਿਹੜੇ ਦੁਨਿਆਵੀ ਵਿਚਾਰ ਆ ਉਹਨਾਂ ਦੇ ਨਾਲ ਜਿਹੜੇ ਸਾਡੇ ਸੁਪਨੇ ਬਦਲਦੇ ਰਹਿੰਦੇ ਆ ਚੰਗੇ ਵੀ ਆਉਂਦੇ ਰਹਿੰਦੇ ਆ ਮਾੜੇ ਵੀ ਰਹਿੰਦੇ ਉਹ ਸਾਡੀ ਆਪਣੇ ਸਿਸਟਮ ਦੇ ਵਿੱਚ ਹੁੰਦਾ ਪਰ ਅਸਲ ਸਿਸਟਮ ਵਿੱਚ ਇਹ ਆ ਕਿ ਜਿਹੜਾ ਕਾਦਰ ਆ ਉਹਦੀ ਕੁਦਰਤ ਜਿਹੜੀ ਆ ਉਹਨੂੰ ਸਮਝਦੇ ਹੋਏ ਉਹਨੂੰ ਸਮਝਣ ਲਈ ਸਾਨੂੰ ਵੇਸ਼ਾ ਮੌਤ ਨੂੰ ਯਾਦ ਰੱਖਣਾ ਪਊਗਾ ਤੇ ਸਾਰਾ ਕੁਝ ਛੱਡ ਕੇ ਮੈਂ ਚੱਲ ਜਾਣਾ ਜਦੋਂ ਅਸੀਂ ਇਹ ਸਮਝ ਲਿਆ ਕਿ ਜੋ ਕੁਝ ਹੈਗਾ ਮੈਂ ਇਹ ਸਾਰਾ ਕੁਝ ਇੱਥੇ ਛੱਡ ਕੇ ਚੱਲ ਜਾਣਾ ਮੈਂ ਕੁਝ ਵੀ ਨਾਲ ਲੈਕ ਨਹੀਂ ਆ ਪਰ ਫੇ ਉੱਥੇ ਤੁਹਾਨੂੰ ਥੋੜਾ ਜਿਹਾ ਹੋਰ ਵੀ ਰੁਕਣਾ ਪਊਗਾ ਸਾਨੂੰ ਹੋਰ ਰੁਕਣਾ ਚਾਹੀਦਾ ਵੀ ਆ ਕਿ ਜੇ ਮੈਂ ਇਹਨਾਂ ਵਿੱਚੋਂ ਇਹ ਸਾਰੀਆਂ ਵਸਤੂਆਂ ਵਿੱਚੋਂ ਨਾਲ ਕੁਝ ਨਹੀਂ ਲੈ ਕੇ ਜਾਣਾ ਤੇ ਫਿਰ ਮੇਰੇ ਇੱਥੇ ਹੋਂ ਦਾ ਫਾਇਦਾ ਕੀ ਇਹ ਜਿਹੜੀ ਜਿਹੜੀ ਦੌਲਤ ਮੈਂ ਇਕੱਠੀ ਕਰਦਾ ਆ ਦਿਨ ਰਾਤ 12 ਘੰਟੇ 14 ਘੰਟੇ ਮੈਂ ਮਿਹਨਤ ਕਰਦਾ ਆ ਕੋਈ ਕੋਈ ਝੂਠ ਸੱਚ ਕੋ ਠੱਗੀ ਕੋ ਬੇਈਮਾਨੀ ਕੋ ਸ਼ਰਮ ਕੋਸ਼ਮੈਂ ਕਰਦਾ ਆ ਇਹ ਸਾਰੀ ਦੌਲਤ ਇਕੱਠੀ ਕਰਨ ਲਈ ਜੇ ਮੇਰੇ ਨਾਲ ਨਹੀਂ ਜਾਣੀ ਮੈਂ ਇਹ ਇਹ ਇਹਨੂੰ ਨਾਲ ਲੈ ਕੇ ਨਹੀਂ ਜਾ ਸਕਦਾ ਜੋ ਮਰਨਾ ਤਾਂ ਟਾਲਿਆ ਫੇ ਮੈਂ ਇਕੱਠੀ ਕਿਉਂ ਕਰਤਾ ਉਹ ਜਦੋਂ ਸਾਨੂੰ ਸਮਝ ਆ ਗਈ ਸਾਨੂੰ ਪਤਾ ਲੱਗਿਆ ਵੀ ਮੈਂ ਇਕੱਠੀ ਕਿਉਂ ਕਰਦਾ ਇਕੱਠੀ ਕਿਉਂ ਹੋ ਰਹੀ ਤੇ ਫੇਰ ਸਾਨੂੰ ਉਹ ਗੱਲ ਸਮਝ ਆ ਜੂਗੀ ਕਿ 1 ਮਿੰਟ ਵਾਸਤੇ ਤੇ ਯਾਰ ਇਹ ਮੈਂ ਸਾਰਾ ਕੁਝ ਕੀਤਾ ਨਾਲ ਵੀ ਨਹੀਂ ਜਾਣੀ ਫੇਰ ਮੇਰਾ ਇਹ ਜਨਮ ਕਿਉਂ ਹੋਇਆ ਮੈਂ ਜਿਹੜੇ ਇੱਥੇ 40 50 60 100 ਸਾਲ ਜੀਆ ਉਹਦਾ ਮਤਲਬ ਕੀ ਆ ਸਾਨੂੰ ਬਹੁ ਗਿੰਦ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਇਹ ਇਹਦਾ ਮਤਲਬ ਕੀ ਹੈ ਵੀ ਜੇ ਸਾਰਾ ਕੁਝ ਇੱਥੇ ਛੱਡ ਜਾਣਾ ਸਵੇਰ ਤੋਂ ਲਾ ਕੇ ਸ਼ਾਮ ਤੱਕ ਅਸੀਂ ਸੌਣਾ ਲੜਦੇ ਆਂ ਸੌਣਾ ਝਗੜਦੇ ਆਂ ਫੁਲਾਣੇ ਨੇ ਮੈਨੂੰ ਇਦਾਂ ਕਹਿਤਾ ਫੁਲਾਣੇ ਨੇ ਮੈਨੂੰ ਇਦਾਂ ਕਹਿਤਾ ਫੁਲਾਣੇ ਨੇ ਮੇਰੇ ਵੱਨ ਨੂੰ ਇਦਾਂ ਦੇਖ ਲਿਆ ਫੁਲਾਣੇ ਨੇ ਮੇਨਾਂ ਅਠਗੀ ਮਾਲੇ ਕਈ ਤਰ੍ਹਾਂ ਦੇ ਝੰਜੜ ਸਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਜਦੀਦ ਵਿੱਚ ਕਰਦੇ ਆਂ ਪਰ ਸਾਰਿਆਂ ਨੇ ਅਸੀਂ ਇੱਥੇ ਇਸ਼ਾਰਾ ਕੋਈ ਛੱਡ ਕੇ ਚੱਲ ਜਾਣਾ ਤੇ ਫੇ ਥੋੜੀ ਦੇਰ ਲਈ ਤਾਂ ਸਾਨੂੰ ਸਾਰਿਆਂ ਨੂੰ ਬਗੇ ਤੁਸੀਂ ਸਾਰੇ ਵੀਰ ਭੈਣ ਹੈਗੇ ਆ ਸਾਰੇ ਬੇ ਇਕੱਲੇ ਬੈ ਕੇ ਸੋਚੋ ਤੇ ਕਰੀਏ ਤੇ ਕਰੀਏ ਕੀ ਫਿਰ ਕਿਹੜੀ ਐਸੀ ਚੀਜ਼ ਆ ਜਿਹੜੀ ਅਸੀਂ ਨਾਲ ਲੈ ਕੇ ਜਾ ਸਕਦੇ ਆ ਕੋਈ ਐਸਾ ਕੰਮ ਵੀ ਇਸ ਕੰਮਾਂ ਦੇ ਵਿੱਚੋਂ ਕਰ ਲਈਏ ਇਸ ਜੀਵਨ ਦੇ ਵਿੱਚ ਕਰ ਲਈਏ ਜਿਹੜਾ ਅਸੀਂ ਨਾਲ ਲੈ ਕੇ ਚੱਲੀਏ ਇਹ ਨਹੀਂਗਾ ਕਿ ਸਾਰਾ ਕੁਝ ਵਿਅਰਥੀ ਹੋ ਜਾਂਦਾ ਬਹੁਤ ਕੁਝ ਹੈਗਾ ਜਿਹੜਾ ਅਸੀਂ ਨਾਲ ਲੈ ਕੇ ਜਾ ਸਕਦੇ ਬਹੁਤ ਕੁਛ ਹੈ ਜਿਹੜਾ ਸਿਨਾਰਾ ਲੱਗ ਸਕਦਾ ਪਰ ਜੋ ਕੁਛ ਅਸੀਂ ਇਕੱਠਾ ਕਰਦੇ ਹਾਂ ਜੋ ਕੁਛ ਅਸੀਂ ਦੇਦੇ ਇਹਦੇ ਨਾਲ ਇਹਦੇ ਵਿੱਚ ਇੱਕ ਸੂਈ ਵੀ ਨਹੀਂ ਨਾਲ ਜਾਂਦੀ ਕੋਈ ਨਹੀਂ ਜਾਂਦਾ ਇੱਕ ਪੈਣੀ ਵੀ ਨਹੀਂ ਜਾਂਦੀ ਕੋਠੇ ਮਹਾਲ ਮਾੜੀਆਂ ਜੜੀਆਂ ਕੁਛ ਨਹੀਂ ਜਾਂਦੇ ਇੱਕ ਬੈੱਡ ਵੀ ਨਹੀਂ ਹੁੰਦਾ ਨਾਲ ਇਹ ਤੁਹਾਨੂੰ ਵਖਰੀਆ ਕਿ ਸਾਡੇ ਤੇ ਸਰਾਤ ਕਰਾ ਕੇ ਬਾਅਦ ਵਿੱਚ ਮੰਜੇ ਤੇ ਕੌਲੀਆਂ ਤੇ ਬਾਟੇ ਦੇਈ ਜਾਂਦੇ ਆ ਤੇ ਮੇਰੇ ਵਰਗੇ ਪੰਜ ਸੱਤ ਇਕੱਠੇ ਕਰ ਲੈਂਦੇ ਆ ਉਹਨਾਂ ਨੂੰ ਕਿ ਉਹ ਬ੍ਰਾਹਮਣ ਜਿਹੜੇ ਸੀਗੇ ਉਦੋਂ ਲੋਕਾਂ ਨੂੰ ਕਹਿੰਦੇ ਸਾਨੂੰ ਸਰਾਧ ਕਰਾਓ ਤੇ ਸਾਨੂੰ ਆਹ ਕੁਛ ਦਿਓ ਉਹ ਡੋਟ ਡੋਟ ਕੇ ਖਾਈ ਜਾਂਦੇ ਸੀ ਤੇ ਕੋਈ ਸਾਡੇ ਸਿੰਘਾਂ ਨੇ ਵੀ ਅੱਜ ਕੱਲ ਸਿਸਟਮ ਇਦਾਂ ਦਾ ਬਣਾ ਲਿਆ ਕਿ ਸਿੰਘਾਂ ਨੂੰ ਰੋਟੀ ਖਵਾ ਕੇ ਜੀ ਅਸੀਂ ਪੰਜਾਂ ਸਿੰਘਾਂ ਨੂੰ ਰੋਟੀ ਖਵਾਉਣ ਲੱਗੇ ਜੀ ਅਸੀਂ ਦਸਾਂ ਸਿੰਘਾਂ ਨੂੰ ਰੋਟੀ ਖਵਾਉਣ ਲੱਗੇ ਤੇ ਬਾਅਦ ਚ ਫੇ ਉਨ੍ਹਾਂ ਨੂੰ ਵੀ ਉਹ ਹੀ ਬਾਟੇ ਤੇ ਥਾਲੀਆਂ ਤੇ ਕੰਬਲ ਤੇ ਹੋਰ ਕੁਛ ਦੇਣਾ ਤੇ ਸਾਡੇ ਸਾਡੇ ਬਜ਼ੁਰਗਾਂ ਨੂੰ ਪਹੁੰਚੀਆ ਉਹਦਾਂ ਦੇ ਸਾਡੇ ਸਿੰਘ ਹੈ ਜਿਹੜੇ ਆਪਣਾ ਡਰਾਮਾ ਜਾਂ ਕਰੀ ਜਾਂਦੇ ਆ ਕੋਈ ਕਿਸੇ ਨੂੰ ਦੇ ਨਹੀਂ ਦੇ ਸਕਦਾ ਕੁਛੇ ਦਾ ਇਦਾਂ ਕੋਈ ਵੀ ਬਾਟੀ ਥਾਲੀ ਤੇ ਕੌਲੀ ਉੱਥੇ ਨਹੀਂ ਪਹੁੰਚਦੀ ਕਿਤੇ ਵੀ ਨਹੀਂ ਪਹੁੰਚਦੀ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਉਹ ਕਿਹੜੇ ਹਾਲਤ ਵਿੱਚ ਵਿਚਰੇ ਆ ਕਿਹੜੇ ਸਾਥ ਵਿੱਚ ਨੇ ਜਿਹਾ ਵੀ ਜੇ ਸੋ ਲੁਣੇ ਕਰਮਾ ਸੰਦੜਾ ਖੇਤ ਜਿੱਦਾਂ ਦਾ ਅਸੀਂ ਬੀਜ ਕੇ ਜਾਣਾ ਉਦੋਂ ਦਾ ਅਸੀਂ ਕਾਂ ਜਾ ਕੇ ਵੱਢ ਲੈਣਾ ਇਹ ਮਤ ਸਮਝੋ ਕਿ ਮੇਰਾ ਕੋ ਪੋਤੀ ਪੋਤੜਾ ਜਿਹੜਾ ਆ ਉਹ ਉਹ ਮੇਰੇ ਵਿੱਚ ਕੋ ਥਾਲੀ ਕੌਲੀ ਗਲਾਸ ਮਿਲ ਲੇ ਥੰਗਿਆ ਉੱਥੇ ਉਹਨ ਪਤਾ ਹੀ ਨਹੀਂ ਕਿ ਐਸੀ ਕਿਹੜੀ ਹਾਲਤ ਵਿੱਚ ਉੱਥੇ ਵਿਚਰਨਾ ਵਿਚਰਨਾ ਤਾਂ ਉਹ ਜਿਹੜੇ ਸਾਰੇ ਕਰਮ ਆ ਉਹਨਾਂ ਦੇ ਹਿਸਾਬ ਨਾਲ ਜਿਹੜੇ ਸਾਤ ਤਰੀਕੇ ਨਾਲ ਸਾਨੂੰ ਜੀਵਨ ਮਿਲਣਾ ਉਸ ਤਰੀਕੇ ਨਾਲ ਅਸੀਂ ਵਿਚਰਨਾ ਉੱਥੇ ਜੇ ਆ ਸਾਨੂੰ ਮਨੁੱਖਾ ਜਨਮ ਮਿਲਿਆ ਤੇ ਸਾਡੇ ਪੂਰਵਲੇ ਕਰਮਾਂ ਕਰਕੇ ਮਿਲਿਆ ਇਹਦੀ ਕੀਮਤ ਨਹੀਂ ਦਿੱਤੀ ਕਿਸੇ ਨੇ ਵੀ ਨਾ ਮੈਂ ਦਿੱਤੀਆਂ ਨਾ ਮੇਰੇ ਕਿਸੇ ਬਜ਼ੁਰਗਾ ਨੇ ਦਿੱਤੀਆ ਪਰ ਪੂਰਵਲੇ ਕਿਤੇ ਕੋ ਚੰਗੇ ਕਰਮ ਕੀਤੇ ਹੋਣਗੇ ਵਾਹਿਗੁਰੂ ਜਾਣਦਾ ਜਾਂ ਵਾਹਿਗੁਰੂ ਨੇ ਸਾਡੇ ਤੇ ਕਿਸੇ ਤਰੀਕੇ ਨਾਲ ਤਰਸ ਕਰ ਲਿਆ ਕਿਰਪਾ ਕਰਤੀ ਮਿਹਰ ਕਰਤੀ ਇਸਾਨੂੰ ਕਾ ਇਧਰੋਂ ਭੇਜਦਾ ਸਾਨੂੰ ਗੁਰਸਿੱਖਾਂ ਦੇ ਘਰ ਜਨਮ ਦੇ ਦਿੱਤਾ ਪਰ ਸਾਡੇ ਚੰਗੇ ਕਿੰਨੇ ਘਰ ਪਾ ਗਿਆ ਕਿ ਗੁਰਸਿੱਖਾਂ ਦੇ ਘਰ ਜਿਹੜਾ ਸਾਨੂੰ ਜਨਮ ਮਿਲਿਆ ਔਰ ਗੁਰਸਿੱਖਾਂ ਦੇ ਵਾਸਤੇ ਕਾਲ ਯੁਗ ਦੇ ਵਿੱਚ ਸ੍ਰੀ ਗੁਰਨਾانک ਦੇਵ ਜੀ ਅਕਾਲਪੁਰ ਵਾਹਿਗੁਰੂ ਦੇ ਆਪ ਸਰੂਪ ਅਕਾਲਪੁਰ ਵਾਹਿਗੁਰੂ ਦੀ ਆਪ ਜੋਤ ਦਸਾ ਜਮਿਆਂ ਦੇ ਵਿੱਚ ਆ ਕੇ ਕਿੰਨਾ ਕੋਈ ਸਾਡੇ ਲਈ ਉਹਨਾਂ ਨੇ ਕਾਠ ਸਾਰੇ ਉਹਨਾਂ ਜਮਾਨਿਆਂ ਦੇ ਵਿੱਚ ਚੌ ਜਹਾਂ ਦਿਸ਼ਾਵਾਂ ਦੇ ਵਿੱਚ ਜਾ ਕੇ ਜੰਗਲਾਂ ਦੇ ਵਿੱਚ ਕਿੱਥੇ ਕਿੱਥੇ ਪਹਾੜਾਂ ਦੇ ਵਿੱਚ ਜਾ ਕੇ ਉਹਨਾਂ ਨੇ ਸਾਡੀ ਮਨੁੱਖਤਾ ਨੂੰ ਸਾਡੇ ਜੀਵਾਂ ਨੂੰ ਉਧਾਰ ਕਰਨ ਵਾਸਤੇ ਧੁਰ ਕੀ ਬਾਣੀ ਜਿਹੜੀ ਸਾਨੂੰ ਦਿੱਤੀ ਪਰ ਅਸੀਂ ਧੁਰ ਕੀ ਬਾਣੀ ਜਿਹੜੀ ਆ ਉਹ ਤਾਂ ਦੂਰ ਜਾ ਰਹੇ ਆ ਉਹ ਤਾਂ ਵਿਛੜ ਰਹੇ ਆ ਪਰ ਕੁਦਰਤ ਦੀ ਜਿਹੜੀ ਕਾਦਰ ਦੀ ਜਿਹੜੀ ਕੁਦਰਤ ਆ ਉਹਦੇ ਚੱਕਰ ਵਿੱਚ ਫਸ ਕੇ ਫੇ ਅਸੀਂ ਉਹੋ ਹੀ ਸਿਸਟਮ ਜਿਹੜਾ ਆ ਅਖੰਡ ਪਾਤਸ਼ਾਹ ਜਰੂਰ ਕਰਾਈਦੇ ਆ ਪਰ ਕੋਲ ਬੈ ਕੇ ਅਸੀਂ ਸੁਣ ਸੁਣਦੇ ਨਹੀਂ ਕਿ ਗੁਰੂ ਸਾਹਿਬ ਕਹਿ ਕੀ ਰਹੇ ਹੈ ਜੇ ਅਸੀਂ ਸੁਣਿਆ ਨਹੀਂ ਤੇ ਅਸੀਂ ਮੰਨਾਂਗੇ ਕਿਥੋਂ ਗੁਰੂ ਸਾਹਿਬ ਨੇ ਸਾਨੂੰ ਇਹ ਸਾਰਾ ਕੁਝ ਦੱਸਾਇਆ ਸਾਰਾ ਕੁਝ ਸਮਝਾਇਆ ਪਰ ਇਹ ਸਾਰਾ ਕੁਝ ਦੇਖਣ ਲਈ ਸੁਣ ਲਈ ਸਮਝ ਲਈ ਸਾਨੂੰ ਕਿਤੇ ਨਾ ਕਿਤੇ ਪਹਿਲੋ ਇੱਕ ਵਾਰੀ ਰੁਕਣਾ ਪਊਗਾ ਜੇ ਤਾਂ ਹੁਣ ਸਾਡੇ ਪਾਸ ਮੋਰੇ ਚੌਕ ਆ ਗਿਆ ਚੌਕ ਵਿੱਚ ਖੜੇ ਹੋ ਕੇ ਸਾਨੂੰ ਸੋਚਣਾ ਪਊਗਾ ਕਿ ਮੈਂ ਹੁਣ ਕਿਹੜੀ ਡਾਇਰੈਕਸ਼ਨ ਲਵਾਂ ਤਾਂ ਕਿ ਪਰ ਉਹ ਸੋਚਾਂਗੇ ਤਾਂ ਹੀ ਡਾਇਰੈਕਸ਼ਨ ਲਈ ਤਾਂ ਹੀ ਸੋਚਾਂਗੇ ਜੇ ਸਾਡੇ ਮਨ ਦੇ ਵਿੱਚ ਕੋਈ ਖੋਜਣ ਦੀ ਚਾਹ ਹੋ ਗਈ ਕੋਈ ਕੋਈ ਸਾਨੂੰ ਕੋਈ ਲੱਭਣ ਦਾਸ਼ਵਾ ਪੈਦਾ ਹੋਊਗਾ ਤੋ ਇਸ ਕਰਕੇ ਜਿਹੜਾ ਇੱਕ ਗੱਲ ਆ ਮੌਤ ਨੂੰ ਹਮੇਸ਼ਾ ਯਾਦ ਰੱਖਣਾ ਉਹ ਸਾਡਾ ਸਟਾਪ ਹੈ ਤੇ ਜਦੋਂ ਤੁਸੀਂ ਸਟਾਪ ਲਾ ਕੇ ਪਰਮਾਤਮਾ ਨੂੰ ਯਾਦ ਰੱਖਣਾ ਤਾਂ ਕਿਉਂ ਰੱਖਣਾ ਫੇ ਤੁਹਾਨੂੰ ਕੋਈ ਨਾ ਕੋਈ ਡਾਇਰੈਕਸ਼ਨ ਮਿਲ ਸਕਦੀ ਆ ਉਹ ਪਰ ਉਹ ਖੋਜ ਤੁਹਾਨੂੰ ਆਪ ਕਰਨੀ ਪੈਣੀ ਆ ਫੇ ਤੁਸੀਂ ਉਹ ਕਾਰਪੂਰ ਵਾਗਰੂ ਦੀ ਕੁਦਰਤ ਦੇਖੋ ਠੀਤਨ ਹਵਾ ਚੱਲਦੀ ਪਈ ਆ ਬਹੁਤ ਸੋਹਣੀਆਂ ਹਵਾਵਾਂ ਚੱਲਦੀਆਂ ਪਰ ਇੱਕ ਮਿੰਟ ਦੇ ਵਿੱਚ ਇਹ ਇੱਕ ਐਸੀ ਹਨੇਰੀ ਆਉਂਦੀ ਆ 100 ਕਿਲੋਮੀਟਰ ਦੀ 200 ਕਿਲੋਮੀਟਰ ਸਪੀਡ ਦੇ ਨਾਲ ਜਿਹੜੇ ਸੜੀਆਂ ਦਾ ਦਰਾਖਤ ਲੱਗੇ ਜਿਹੜਾ ਤੋਂ ਪਟਕੇ ਉਡਾ ਕੇ ਪਾਉ ਮਾਰਦੀ ਆ ਉਹਦੇ ਪਿੱਛੇ ਕਿਹੜੀ ਤਾਕਤ ਆ ਗਈ ਉਹ ਤਾਂ ਬੜੀ ਸੋਹਣੀ ਚੱਲਦੀ ਪਈ ਸੀ ਹੁਣ ਥੋੜੀ ਦੇਰ ਪਹਿਲਾਂ ਅਸੀਂ ਦੇਖਿਆ ਬਹੁਤ ਸੋਹਣੀ ਸੀਦਲ ਹਵਾ ਚੱਲਦੀ ਪਈ ਪਰ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੇ ਵਿੱਚ ਐਡੀ ਹਵਾ ਦੇ ਵਿੱਚ ਐਡੀ ਤਾਕਤ ਕਿਹੜੀ ਆ ਗਈ ਕਿ ਹੁਣ ਜਿਹੜਾ ਸਮੁੰਦਰ ਦੇ ਵਿੱਚ ਸ਼ਿਪ ਚੱਲਦਾ ਪਿਆ ਉਹ ਪੁੱਠਾ ਕਰਕੇ ਸਿਰਦਾ ਜਿਹੜੇ ਦਰਾਖਤ ਹਜ਼ਾਰਾਂ ਦੇ ਸਾਲਾਂ ਦੇ ਲੱਗੇ ਆ ਉਚਾ ਕੇ ਜਿਹੜਾ ਤੋਂ ਪਟਕੇ ਉਡਾ ਕੇ ਉਹ ਮਾਰੇ ਉਹ ਕਿਹਦੇ ਹੁਕਮ ਅੰਚੂਆ ਉਹਦੇ ਵਿੱਚ ਤਾਕਤ ਕਿੱਥੋਂ ਆਈ ਹਵਾ ਤਾਂ ਆ ਗਈ ਸਾਨੂੰ ਪਤਾ ਵੀ ਤੂਫਾਨ ਆ ਗਿਆ ਸਾਰੇ ਕਹਿੰਦੇ ਤੂਫਾਨ ਆ ਗਿਆ ਪਰ ਉਹ ਕੀ ਆਇਆ ਕਿੱਥੋਂ ਆਇਆ ਕਿਹਨੇ ਭੇਜਿਆ ਕਿਉਂ ਭੇਜਿਆ ਇਹ ਤਾਂ ਉਹ ਜਾਣਦਾ ਕੌਣ ਜਾਣਦਾ ਜਿਹੜਾ ਕਰਤਾ ਹੈ ਕਰਤੇ ਨੇ ਹੁਕਮ ਕੀਤਾ ਚੱਲ ਬਈ ਇਧਰ ਚੱਲਿਆ ਕੁਦਰਤ ਨੇ ਆਪਣਾ ਰੰਗ ਦਿਖਾ ਦਿੱਤਾ ਕਰਤੇ ਨੇ ਹੁਕਮ ਕੀਤਾ ਇੱਦਾਂ ਕਰ ਦਿਓ ਇਸੇ ਕਰਕੇ ਤਾਂ ਗੁਰਬਾਣੀ ਵਿੱਚ ਇਹ ਗੱਲ ਆਖੀ ਆ ਜੀਵ ਜੇਤੇ ਜਨਮੇ ਥਨਵੇਂ ਪਲ ਹੀ ਪਲ ਵਿੱਚ ਸਭ ਤਬ ਉਹ ਜਿਹੜਾ ਕਰਤਾ ਆ ਉਹ ਪਲ ਹੀ ਪਲ ਵਿੱਚ ਸਾਰਾ ਕੁਝ ਕਰ ਦਿੰਦਾ ਪਰ ਸਾਨੂੰ ਨਹੀਂ ਸਮਝ ਆਉਂਦੀ ਅਸੀਂ ਆਪਣੀ ਤਾਕਤ ਨਾਲ ਕਈ ਵਾਰੀ ਕਰਤੇ ਨੂੰ ਵੀ ਕੋਸ਼ਿਸ਼ ਸਮਝਦੇ ਨਹੀਂ ਗਏ ਅਸੀਂ ਕਰਤਾ ਦੀ ਹੋਂਦ ਨੂੰ ਨਹੀਂ ਸਮਝਦੇ ਬਲਕਿ ਕਰਤਾ ਵੀ ਹੈਗਾ ਪਰ ਇਹ ਜਿੰਨਾ ਸੰਸਾਰ ਜੋ ਕੁਛ ਅਸੀਂ ਦੇਖਦੇ ਹਾਂ ਗੁਰਬਾਣੀ ਵਿੱਚ ਲਿਖਿਆ ਇਹ ਸੰਸਾਰ ਦੇ ਵਿੱਚ ਜੋ ਕੁਝ ਵੀ ਅਸੀਂ ਦੇਖਦੇ ਹਾਂ ਇਹ ਹਰ ਦਾ ਰੂਪ ਹੈ ਹਰ ਰੂਪ ਨਜ਼ਰੀਆ ਹੈ ਜਿੰਨਾ ਕੁਛ ਅਸੀਂ ਦੇਖਦੇ ਹਾਂ ਸਾਰੇ ਦੇ ਵਿੱਚ ਉਹ ਵਾਪਰਦਾ ਹੈ ਉਹ ਕੌਣ ਵਾਪਰਦਾ ਜਿਹੜਾ ਕਰਤਾ ਹੈ ਕਰਤਾ ਹਰ ਚੀਜ਼ ਦੇ ਵਿੱਚ ਹੋ ਕੇ ਵਾਪਰਦਾ ਪਰ ਕੁਦਰਤ ਦੇ ਥਰੂ ਉਹਨੂੰ ਪਹਿਚਾਣਨਾ ਚਾਹੀਦਾ ਜੋ ਕੁਛ ਹੈ ਪਿੱਛੇ ਉਹ ਕਰਤਾ ਹੈ ਕਰਤੇ ਨੂੰ ਪਹਿਚਾਣਨ ਲਈ ਉਹਦੀ ਕੁਦਰਤ ਨੂੰ ਸਮਝਣਾ ਪਊਗਾ ਤੇ ਜਦੋਂ ਅਸੀਂ ਕੋਈ ਕੁਦਰਤ ਨੂੰ ਸਮਝ ਲਵਾਂਗੇ ਉਹ ਜਿਹੜੀ ਨੇਰੀ ਜਿਹੜੀ ਹੁਣ ਬੜੀ ਸ਼ਾਂਤ ਸੀਗੀ ਉਹ ਤੂਫਾਨ ਦਾ ਰੂਪ ਕਿੱਦਾਂ ਧਾਰਨ ਕਰ ਗਈ ਇੱਕ ਦੋ ਚਾਰ ਮਿੰਟ ਬਾਅਦ ਤੇ ਤਾਂ ਤੁਹਾਨੂੰ ਸਟਾਪ ਕਰਕੇ ਸੋਚਣਾ ਪਊਗਾ ਕਿ ਉਹ ਉਹ ਤਾਂ ਨੇਰੀ ਸੀਗੀ ਉਹਦੇ ਪਿੱਛੇ ਕੋਈ ਕਿਸੇ ਨੇ ਬਿਜਲੀ ਦੇ ਖੰਭੇ ਨਹੀਂ ਲਾਇਆ ਕਿਸੇ ਨੇ ਬਿਜਲੀ ਦੇ ਪੱਖੇ ਨਹੀਂ ਲਾਇਆ ਕਿਸੇ ਨੇ ਉਹਨੂੰ ਧੱਕਾ ਨਹੀਂ ਮਾਰਿਆ ਉਹ ਤੂਫਾਨ ਕਿੱਦਾਂ ਬਣ ਗਿਆ ਉਹ ਹਵਾ ਦੇ ਵਿੱਚ ਜਿਹੜੀ ਬਹੁਤ ਸਾਨੂੰ ਦੀਦੀ ਵੀ ਨਿਗੀ ਉਹਦੇ ਵਿੱਚ ਇੰਨੀ ਤਾਕਤ ਕਿੱਦਾਂ ਆ ਗਈ ਕੋਣ ਦਰਸਤ ਜਣਾ ਤੇ ਪਟਕੇ ਉਡਾ ਕੇ ਲੈ ਗਈ। ਬੜਵਡੀਆਂ ਬਿਲਡਿੰਗਾਂ ਢਾਹ ਢੇਰੀ ਕਰਕੇ ਉਹ ਸਵਾਹ ਕਰਕੇ ਛੱਤਾਂ ਉਡਾ ਕੇ ਲੈ ਗਈ। ਉਹ ਕਿਹੜੀ ਤਾਕਤ ਉਹ ਸਵਾਹ ਦੇ ਵਿੱਚ ਆ ਗਈ। ਹਵਾ ਤਾਂ ਹਵਾ ਹੀ ਹੈ ਨਾ। ਪਰ ਹਵਾ ਨੇ ਇੰਨਾ ਭਿਆਨਕ ਰੂਪ ਕਿਦਾਂ ਧਾਨ ਕਰ ਲਿਆ। ਉਹ ਕਿੱਥੋਂ ਆਈ ਤਾਕਤ? ਉਹ ਕਾਦਰ ਤੁਮਾਈ। ਕਾਦਰ ਦੀ ਹੁਕਮ ਤੇ ਆਈ। ਉਹ ਜਦ ਹੁਕਮ ਦੇ ਵਿੱਚ ਆਈ ਉਹ ਕੁਦਰਤ ਬਣ ਗਈ ਤੇ ਕੁਦਰ ਕੁਦਰਤ ਹੋ ਕੇ ਉਹ ਵਾਪਰੀ ਤੂਫਾਨ ਜਦੋਂ ਆਇਆ ਸਮੁੰਦਰ ਦੇ ਵਿੱਚ ਉੱਥੇ ਵੀ ਸ਼ਾਂਤ ਸਮੁੰਦਰ ਸੀਗਾ ਉਹ ਵਾਪਰੀ ਹੁਕਮ ਆਇਆ ਕਾਦਰ ਕੁਦਰਤਰ ਵਾਪਰੀ ਛੱਨਾ ਆਈਆਂ ਸਵਾ ਕਰਤੀ ਸਾਰਾ ਕੁਝ ਉਡਾ ਕੇ ਲੈ ਗਈ ਪਰ ਉਹ ਕਿੱਥੋਂ ਆਈ ਤਾਕਤ ਇਹਨੇ ਪਾਣੀ ਤਾਂ ਥੱਲੇ ਸੀਗਾ ਲੈਵਲ ਤੋਂ ਉੱਤੇ ਜਾ ਰਹੇ ਸੀ ਬੜਾ ਸ਼ਾਂਤ ਸੀਗਾ ਪਰ ਉਹ ਜੱਕਦਮ ਉਹ ਇਨਾ ਤੂਫਾਨਦਾਰ ਰੂਪ ਕਿਦਾਂ ਧਾਰਨ ਕਰ ਲਿਆ ਉਹਨੂੰ ਕਿਹਨੇ ਤਾਕਤ ਦਿੱਤੀ ਕਿ ਪਾਣੀ ਜਿਹੜਾ 10 ਮੀਟਰ ਸਿੱਧਾ ਚੱਲ ਗਿਆ ਹਵਾ ਨੂੰ ਕਿਹਨੇ ਤਾਕਤ ਦਿੱਤੀ ਇਹ ਸਾਰਾ ਕੁਝ ਅਸੀਂ ਤਾਂ ਹੀ ਸਮਝ ਸਕਦੇ ਹਾਂ ਜੇ ਸਭ ਤੋਂ ਜ਼ਰੂਰੀ ਸਾਨੂੰ ਇਹ ਯਾਦ ਰਵੇ ਕਿ ਜਿਹੜੀ ਮੌਤ ਆ ਉਹ ਟਾਲਿਆ ਉਹ ਸਾਨੂੰ ਆਉਣੀ ਹੈ ਸਾਂ ਸੰਸਾਦ ਗੁਰੂ ਸਾਹਿਬ ਨੇ ਐਵੇਂ ਨਹੀਂ ਕਿਹਾ ਪਹਿਲਾ ਮਨ ਕਬੂਲ ਜੀਵਨ ਕੀ ਛੜ ਆਸ ਤੋ ਸਭ ਨਾ ਕੀ ਰੇਣ ਦਾ ਤੋ ਆਉ ਮਾਰੇ ਪਾਸ ਗੱਲ ਤਾਂ ਸਿਰਫ ਸਮਝਣ ਦੀ ਹੈ ਨਾ ਗੁਰੂ ਸਾਹਿਬ ਨੇ ਬੜੇ ਸ਼ਿਸ਼ਟ ਸ਼ਬਦਾਂ ਵਿੱਚ ਕਿਹਾ ਪਹਿਲਾ ਮਨ ਕੂ ਪਹਿਲਾਂ ਤੂੰ ਮੌਤ ਨੂੰ ਯਾਦ ਕਰ ਜਿਹੜੀ ਤਰੀਹਾ ਮੈਂ ਹੰਕਾਰ ਆ ਉਹਨੂੰ ਖਤਮ ਕਰ ਦੇ ਤੇ ਮੇਰੇ ਕੋਲ ਆ ਜਾ ਤੇ ਮੈਂ ਤੈਨੂੰ ਕਾਦਰ ਦੇ ਨਾਲ ਮਲਾ ਦਿੰਨਾ ਕੋਈ ਕੋਈ ਇਹ ਡਾਉਖੀ ਗੱਲ ਵੀ ਨਹੀਂ ਕੀ ਹੈਗੀ ਪਰ ਇਸ ਜੀਦੇ ਜੀ ਇਹ ਸਰੀਰ ਦੇ ਵਿੱਚੋਂ ਇਹ ਸਾਰਾ ਕੁਝ ਕੱਟ ਕੇ ਬਾਹਰ ਰੱਖਣਾ ਬਹੁਤ ਔਖਾ ਇਹ ਹੀ ਔਖਾ ਸਾਰਾ ਟਕਮ ਹੋਰ ਰੱਬ ਨੂੰ ਮਿਲਣਾ ਪਿਆ ਔਖਾ ਨਹੀਂ ਹੁੰਦਾ ਪਰ ਰੱਬ ਨੂੰ ਮਿਲਣ ਤੋਂ ਪਹਿਲੋਂ ਇਹ ਜੋ ਕੁਝ ਸਾਡੇ ਸਰੀਰ ਦੇ ਵਿੱਚ ਭਰਿਆ ਹੈ ਉਹੋ ਕੱਢਣਾ ਯੋਖਾ ਇਹਦਾ ਸਾਡੇ ਸਾਹਮਣੇ ਇੱਕ ਬੋਤਲ ਆ ਬੋਤਲ ਦੇ ਵਿੱਚ ਹਵਾ ਆ ਜੇ ਅਸੀਂ ਉਹਦੇ ਵਿੱਚ ਪਾਣੀ ਪਾਉਣਾ ਚਾਹਨੇ ਆ ਉਹ ਹਵਾ ਨੂੰ ਬਾਹਰ ਕੱਢਣਾ ਪਊਗਾ ਹਾਲਾਂਕਿ ਅਸੀਂ ਉਹਨੂੰ ਕਹਿੰਨੇ ਖਾਲੀ ਹੈ ਤੇ ਕੁਛ ਨਹੀਂ ਇਹ ਬੋਤਲ ਖਾਲੀ ਆ ਅਸੀਂ ਕਹਿੰਨੇ ਖਾਲੀ ਆ ਨਾ ਇਹਦੇ ਚ ਪਾਣੀ ਪਾ ਦਿਓ ਇਹ ਚ ਤੇਲ ਪਾ ਦਿਓ ਇਹਦੇ ਚ ਦੁੱਧ ਪਾ ਦਿਓ ਜੋ ਵੀ ਪਾਉਣਾ ਪਾ ਰਹੇ ਹੋ ਇਹ ਬੋਤਲ ਖਾਲੀ ਪਰ ਉਹ ਖਾਲੀ ਨਹੀਂਗੀ ਉਹਦੇ ਵਿੱਚ ਹਵਾ ਆ ਤੇ ਜਦ ਤੱਕ ਹਵਾ ਬਾਹਰ ਨਹੀਂ ਜਾਂਦੀ ਉਹ ਤੱਕ ਉਹਦੇ ਵਿੱਚ ਕੁਛ ਨਹੀਂ ਜਾਂਦਾ ਇਹ ਇਸੇ ਸਾਡੇ ਸਰੀਰ ਦਾ ਸਾਡੇ ਦਿਮਾਗ ਦਾ ਸਾਡੀ ਸੋਚ ਨਹੀਂ ਦਾ ਇਹ ਹੀ ਫਰਕ ਹੈ ਜਦੋਂ ਅਸੀਂ ਗਾਧਨ ਨੂੰ ਮੇਣਾ ਇਹ ਸਾਰਾ ਕੁਝ ਸਾਨੂੰ ਖਾਲੀ ਕਰਕੇ ਪਹਿਲੋ ਪਰੇ ਕਰਨਾ ਚ ਪਊਗਾ ਤੇ ਪਰੇ ਕਰਕੇ ਫਿਰ ਆਪਣੇ ਗੁਰੂ ਦੀ ਸ਼ਰਨ ਵਿੱਚ ਜਾਣਾ ਪਊਗਾ ਜਿਹੜਾ ਗੁਰੂ ਇਹ ਕਹਿੰਦਾ ਤੂੰ ਮੇਰੇ ਕੋਲ ਆ ਜਾ ਤੇਰਾ ਜੋ ਕੁਛ ਵੀ ਬੁਰਾਈਆਂ ਆ ਉਹ ਮੈਨੂੰ ਦੇ ਦੇ ਪਰੇ ਛੱਡ ਦੇ ਪਰ ਤੂੰ ਖਾਲੀ ਹੋ ਕੇ ਮੇਰੇ ਕੋ ਆ ਜਾ ਤੇ ਮੈਂ ਤੈਨੂੰ ਕਾਦਰ ਦੇ ਨਾਲ ਮਲਾ ਦਿੰਦਾ ਗੱਲ ਤਾਂ ਸਰ ਸਾਡੇ ਸਿਸਟਮ ਦੇ ਵਿੱਚ ਸਿਰਫ ਇੰਨੀ ਆ ਪਰ ساری ਉਮਰ ਦੇ ਵਿੱਚ ਅਸੀਂ ਇਹ ਕਾਰਜ ਨਹੀਂ ਕਰ ਸਕਦੇ ਬਹੁਤ ਔਖਾ ਜੀंदे ਜੀ ਮਰਨਾ ਜੀंदे ਜੀ ਆਪਣੇ ਆਪ ਦੇ ਵਿੱਚੋਂ ਇਹ ਸਾਰਾ ਕੁਝ ਕਰ ਦੇਣਾ ਬਹੁਤ ਔਖਾ ਹੈ ਸਿਰਫ ਇੰਨਾ ਹੀ ਔਖਾ ਹੈ ਜਦੋਂ ਅਗਲਾ ਕਾਰਜ ਆ ਉਹ ਸਾਰਾ ਕੁਝ ਔਖਾ ਜਾਂਦਾ ਤੇ ਜੋ ਕੁਝ ਵੀ ਹੈ ਸਾਰਾ ਕੁਝ ਜਿੱਦਾਂ ਮੈਂ ਆਪ ਜੀ ਨਾਲ ਪਹਿਲਾਂ ਬੇਨਤੀ ਕੀਤੀ ਆ ਜੋ ਕੁਛ ਵੀ ਇਸ ਦੁਨੀਆ ਵਿੱਚ ਵਾਪਰਿਆ ਸਾਰੇ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਬਿਗੈਰ ਕਾਰਨ ਤੋਂ ਕੋਈ ਵੀ ਕਾਰਜ ਜਿਹੜਾ ਨਹੀਂ ਹੁੰਦਾ ਤੇ ਇਹ ਜਿਹੜਾ ਬਗੈਰ ਕਾਰਨ ਤੋਂ ਕੋਈ ਵੀ ਕਾਰਜ ਨਹੀਂ ਹੁੰਦਾ ਇਹ ਹੀ ਹੀ ਕੁਦਰਤ ਹੈ ਤੇ ਇਸੇ ਕੁਦਰਤ ਦੇ ਸਿਸਟਮ ਦੇ ਵਿੱਚ ਹੀ ਜਿਹੜਾ ਕਾਦਰ ਆ ਕੋ ਸਾਰਾ ਕੁਝ ਚਲਾ ਰਿਹਾ ਗੁਰਬਾਣੀ ਵਿੱਚ ਬਹੁਤ ਸੋਹਣਾ ਲਿਖਿਆ ਸ਼ਬਦ ਬਹੁਤ ਸੋਹਣਾ ਸੰਸ਼ਪਟ ਕਰਨ ਦੀ ਕੀਤੀ ਗੁਰੂ ਸਾਹਿਬ ਨੇ ਕੋਸ਼ਿਸ਼ ਕੀਤੀ ਆ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸੰਜੋਗ ਜੋਗ ਦੋਇਕਾਰ ਚਲਾਵੇ ਲੇਖੇ ਆਵੇ ਪਾਰ ਜੇ ਨੂੰ ਵੀ ਅਸੀਂ ਮਿਲਦੇ ਆ ਜਾਂ ਜਿਹੜੇ ਤੋਂ ਵਿਛੜਦੇ ਆ ਜਾਂ ਸਿੱਖਦੇ ਜਾਂਦੇ ਆ ਜਾਂ ਕੋਈ ਸਾਡੇ ਕੋਲ ਆਉਂਦਾ ਉਹ ਸੰਜੋਗ ਆ ਜਬ ਜੋਗਾ ਜਾਂ ਮਿਲਣਾ ਜਾਂ ਵਿਛੜਣਾ ਉਹਦੇ ਵਿੱਚੋਂ ਲੇਖੇ ਆਵੇ ਭਾਗ ਜੋ ਸਾਡੇ ਕਰਮਿਆਂ ਜਾਂ ਪੂਰਵ ਨੇ ਜਹਾਉਣ ਦੇ ਉਹਦੇ ਵਿੱਚੋਂ ਫਿਰ ਜਿਹੜਾ ਰਸ ਨਿਕਲਦਾ ਉਹ ਸਾਡੇ ਭਾਗਾਂ ਦੇ ਮੁਤਾਬਿਕ ਨਿਕਲਦਾ ਕੋਈ ਵੀ ਕੰਮ ਐਸਾ ਨਹੀਂ ਜਿਹੜਾ ਸੁਜੋਗ ਜੋਤ ਬਗੈਰ ਹੁੰਦਾ ਉਹ। ਕਿਸੇ ਨਾਲ ਗੱਲ ਕਰਨੀ ਆ ਚਾਹ ਟੈਲੀਫੋਨ ਤੇ ਕਰੋ ਚਾਹ ਮਿਲ ਕੇ ਕਰੋ ਜਾਂ ਚਿੱਠੀ ਨੇ ਕਰੋ ਕਰਨੀ ਤਾਂ ਪਊਗੀ। ਕਿਸੇ ਨੂੰ ਮਿਲਣ ਜਾਣਾ ਤਾਂ ਜਾਂ ਉਹ ਤੁਹਾਡੇ ਘਰ ਆ ਜਾ ਤੁਸੀਂ ਉਹਦੇ ਘਰ ਜਾਓ। ਫਿਰ ਤੁਸੀਂ ਉਹਦੇ ਆਫਿਸ ਜਾਓ। ਤੁਹਾਨੂੰ ਉਹਦੇ ਲਈ ਕੋਈ ਨਾ ਕੀ ਕਰਿਆ ਤਾਂ ਕਰਨੀ ਪਊਗੀ ਜਾਣਾ ਤਾਂ ਪਊਗਾ। ਫੇਰ ਤੁਹਾਡਾ ਮਲਾਪ ਹੋਊਗਾ। ਇਸੇ ਤਰੀਕੇ ਨਾਲ ਉਹ ਸੁਜੋਗ ਜੋਤ ਜਿਹੜੀ ਆ ਉਹ ਗੱਡੀ ਚੱਲੂ। ਉਹ ਉਹ ਤੁਹਾਡੇ ਤੇ ਉਹਦੇ ਵਿੱਚ ਪ੍ਰਾਪਤ ਹੋਗੇ ਉਹ ਜਿਹੜੇ ਤੁਹਾਡੇ ਭਾਗ ਆ ਉਹ ਭਾਗ ਉਹ ਆ ਤੇ ਜਦੋਂ ਤੁਸੀਂ ਕਿਸੇ ਨੂੰ ਮਿਲੇ ਤੁਸੀਂ ਉਹਦੇ ਵਿੱਚ ਕੀ ਕੀ ਰਿਆ ਕੀਤੀ ਮਿਲ ਕੇ ਉਸ ਨੂੰ ਪਿਆਰ ਕੀਤਾ ਉਹ ਉਹਨਾਂ ਦੁੱਖ ਸਾਂਝਾ ਕੀਤਾ ਉਹਦੇ ਦੁੱਖਾਂ ਦੇ ਸਾਂਝੀਵਾਲ ਬਣੇ ਉਹਨੂੰ ਚੰਗਾ ਰਸਤਾ ਦਿੱਤਾ ਉਹ ਦੇ ਵਿੱਚੋਂ ਜਿਹੜਾ ਪ੍ਰਾਪਤ ਹੋਇਆ ਉਹਦੇ ਤੁਸੀਂ ਭਾਗੀ ਆ ਜੇ ਤੁਸੀਂ ਕਿਸੇ ਨੂੰ ਮਿਲ ਕੇ ਉਹਨਾਂ ਠੱਗੀ ਕੀਤੀ ਆ ਉਹਨਾਂ ਬੇਈਮਾਨੀ ਕੀਤੀ ਆ ਉਹਦੀ ਜੇਬ ਕਤਰੀ ਆ ਉਹ ਵੀ ਤੁਹਾਡੇ ਪਾ ਆ ਗਿਆ ਉਹ ਵੀ ਤੁਹਾਨੂੰ ਉਹਦੇ ਵਿੱਚੇ ਵੇਣਿਆ ਤੁਸੀਂ ਮਿਲੇ ਆ ਉਹਦੇ ਘਰ ਗਏ ਆ ਉਹ ਤੁਹਾਡੇ ਘਰ ਆ ਆਫਿਸ ਗਏ ਆ ਦੁਕਾਨ ਤੇ ਗਏ ਆ ਜਿੱਦਾਂ ਵੀ ਹੋਇਆ ਜੋ ਵੀ ਕਿਰਿਆ ਹੋਈ ਉਸ ਕਿਰਿਆ ਤੋਂ ਬਾਅਦ ਤੁਸੀਂ ਕੀ ਕੀਤਾ ਤੁਸੀਂ ਗੁਰਮਤ ਵਿਚਾਰਾਂ ਕੀਤੀਆਂ ਕਿਸੇ ਕਿਸੇ ਦੀ ਦੁੱਖ ਸੁੱਖ ਸਾਂਝ ਕੀਤੀ ਤੁਸੀਂ ਕਿਸੇ ਗਰੀਬ ਦੀ ਗੁਰਬੇ ਦੀ ਲੋੜਵੰਦ ਦੀ ਬਾਹ ਫੜੀ ਕਿਸੇ ਨੂੰ ਸਹਾਇਕ ਦਿੱਤਾ ਉਹਦਾ ਹਰਜਨ ਮਿਲੇਗਾ ਉਸ ਜੋਗਯੋਗ ਯੋਧ ਵਿੱਚ ਤੇ ਜੇ ਤੁਸੀਂ ਕਿਸੇ ਦੇ ਚਪੇੜ ਮਾਰੀ ਕਿਸੇ ਨੂੰ ਗਾਲ ਕੱਢੀ ਕਿਸੇ ਦੇ ਕਿਸੇ ਦੀ ਜੇਬ ਕਤਰੀ ਕੀਤੀ ਕਿਸੇ ਦੇ ਹਿਰਦੇ ਨੂੰ ਦੁੱਖ ਪਹਚਾਇਆ ਤੇ ਆਉਣ ਵਾਲੇ ਸਮੇਂ ਵਿੱਚ ਮਤ ਸਮਝੋ ਕਿ ਤੁਸੀਂ ਸ਼ਾਂਤੀ ਦੇ ਨਾਲ ਸਮਝੋਗੇ ਤੁਹਾਡਾ ਮਨ ਸ਼ਾਂਤ ਰਹੂਗਾ ਤੁਹਾਨੂੰ ਕੋਈ ਦੁੱਖ ਨਹੀਂ ਆਊਗਾ ਤੁਸੀਂ ਭਟਕਦੇ ਰਹੋਗੇ ਇਸਿਆ ਆਮ ਤੌਰ ਤੇ ਨੋਟ ਕੀਤਾ ਹੋਗਾ ਜਿਹੜੇ ਲੋਕ ਦੂਸਰੇ ਨੂੰ ਦੁਖੀ ਕਰਨ ਵਾਸਤੇ ਸੋਚਦੇ ਰਹਿੰਦੇ ਆ ਦੂਸਰੇ ਨੂੰ ਦਿੱਖ ਦੇਣ ਵਾਲੇ ਸੋਚਦੇ ਰਹਿੰਦੇ ਆ ਦੂਸਰੇ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਬੁਰਾ ਸੋਚਦੇ ਰਹਿੰਦੇ ਆ ਚਾਹੇ ਉਹ ਚੁਗਲੀ ਨੇ ਇਧਿਆ ਤੌਰ ਤੇ ਕਰੋ ਚਾਹੇ ਕੋ ਘਾਣਾ ਕੱਟ ਕੇ ਕਰੋ ਚਾਹੇ ਚ ਪੇੜ ਮਾਰ ਕੇ ਕਰੋ ਉਹ ਕਦੀ ਵੀ ਸੁੱਖ ਨਹੀਂ ਪਾ ਸਕਦੇ ਉਹਨਾਂ ਦਾ ਹਿਰਦਾ ਕਦੀ ਵੀ ਸੁਖੀ ਨਹੀਂ ਹੋ ਸਕਦਾ ਉਹ ਕਦੀ ਵੀ ਸੁੱਖ ਦੀ ਨੀਂਦ ਨਹੀਂ ਸੌ ਸਕਦੇ ਤੇ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਸੁੱਖ ਦੀ ਨੀਂਦ ਸੌਵੋ ਤੁਹਾਡਾ ਹਿਰਦਾ ਸ਼ਾਂਤ ਰਹੇ ਤੇ ਤੁਹਾਨੂੰ ਇਹ ਕਰਮ ਜਿਹੜਾ ਆ ਸੰਜੋਗ ਜੋ ਦੇ ਵਿੱਚੋਂ ਤੁਹਾਨੂੰ ਇਹ ਕਰਨਾ ਪਊਗਾ ਕਿ ਜਿਹੜੇ ਨਾਲ ਤੁਸੀਂ ਮਿਲੇ ਆ ਤੁਹਾਡੇ ਮਨਾਂਪ ਦੇ ਵਿੱਚੋਂ ਜੋ ਵੀ ਗੱਲਾਂ ਹੋਈਆਂ ਉਹਦੇ ਹਿਰਦੇ ਨੂੰ ਸੱਟ ਨਾ ਬਜੇ ਉਹਦਾ અપમાન ਨਾ ਹੋਵੇ ਉਹ ਨਾ ਕੋਈ ਸਿੱਖਾਲੀ ਗਲੋਚਨਾ ਕਰ ਉਹ ਜਿਹਦੇ ਬਾਰੇ ਤੁਸੀਂ ਗੱਲਾਂ ਕਰਦੇ ਆ ਉਹ ਵੀ ਜਿਹੜਾ ਦੁਖੀ ਨਾ ਹੋਵੇ ਉਹਦੇ ਬਾਰੇ ਵੀ ਭਾਵੇਂ ਗੁਰਬਾਣੀ ਵਿੱਚ ਲਿਖਿਆ ਚੁਗਲੀ ਨਿੰਦਿਆ ਜਿਹੜੀ ਆ ਕਿਸੇ ਦੀ ਵੀ ਕਰੋ ਉਹ ਵੀ ਭੈੜੀ ਆ ਕਿਸੇ ਦੀ ਵੀ ਕਰੋ ਭਾਵੇਂ ਕਰਨ ਦੇ ਜੋਗ ਵੀ ਆ ਕੁਛ ਹੀ ਕਰੋ ਵੀ ਨਾ ਕਰੋ ਭਾਵੇਂ ਕਰਨ ਦੇ ਜੋਗ ਵੀ ਹੈਗੇ ਤੇ ਫਿਰ ਜਿਹੜਾ ਤੁਸੀਂ ਸ਼ਾਂਤ ਰਹੋਗੇ ਤੁਸੀਂ ਆਪਣੀ ਨੀਂਦ ਸੌਵੋਗੇ ਤਾਂ ਨੂੰ ਅਕਾਲਪੁਰ ਵਾਹਿਗੁਰੂ ਨੂੰ ਮਿਲਣ ਦੇ ਵਿੱਚ ਬਹੁਤ ਸੋਖ ਰਹੋਗੀ ਕਿਉਂਕਿ ਜਿਹੜੇ ਜਿਹੜੀ ਕੁਦਰਤ ਆ ਇਹਦੇ ਵਿੱਚ ਅਸੀਂ ਸਾਰਿਆਂ ਨੇ ਵਿਚਰਨਾ ਆ ਜ਼ਰੂਰੀ ਆ ਕਿ ਸਾਡਾ ਜੀਵਨ ਆ ਤੇ ਜੀਵਨ ਦੇ ਵਿੱਚ ਜਿਹੜਾ ਜਿਹੜੀ ਕੁਦਰਤ ਆ ਉਹ ਅਸੀਂ ਧੋੜ ਨਹੀਂ ਸਕਦੇ ਉਸ ਕੁਦਰਤ ਦੇ ਵਿੱਚ ਹੀ ਰਹਿਣਾ ਸੀ ਕੁਦਰਤ ਦੇ ਵਿੱਚ ਹੀ ਰਹਿ ਕੇ ਹੀ ਇਹੀ ਤਾਂ ਗੁਰ ਸਿੱਖੀ ਨੇ ਸੰਦਸਿਆ ਇਹੀ ਤਾਂ ਬਣਾ ਕੇ ਜਿਹਨੇ ਦੱਸਿਆ ਤੇ ਪਹਾੜਾਂ ਤੇ ਜਾ ਕੇ ਪਰਬਤਾਂ ਤੇ ਜਾ ਕੇ ਨੰਗੇ ਰਹਿ ਕੇ ਧੂਨੇ ਚ ਪਾ ਕੇ ਆਪਣੀ ਗ੍ਰਸਤੀ ਨੂੰ ਛੱਡ ਕੇ ਤੁਸੀਂ ਕਿੱਥੇ ਮਰਜੀ ਦੌੜ ਜਾਓ ਅਖੀਰ ਇਹ ਤੁਰਾਇਆ ਜਿਹੜਾ ਗ੍ਰਸਤੀ ਜੀਵਨ ਹੈ ਇੱਕ ਤੁਰਾਇਆ ਗੁਰੂ ਸਾਹਿਬ ਨੇ ਦੱਸਿਆ ਇਸ ਤੁਰੇ ਤੋਂ ਦੂਰ ਜਾ ਕੇ ਵੀ ਤੁਸੀਂ ਆਪਣਾ ਅਕਾਰਪੁਰਬ ਵਾਹਿਗੁਰੂ ਨਹੀਂ ਮਿਲ ਸਕਦੇ ਜੇ ਜਿਸ ਬੰਦੇ ਨੇ ਵੀ ਅਕਾਰਪੁਰਬ ਵਾਹਿਗੁਰੂ ਨੂੰ ਮਿਲਣਾ ਉਹ ਤੁਰੇ ਤੇ ਲਾਗੇ ਰਹਿ ਕੇ ਮਿਲਣਾ ਪਊਗਾ ਨੈਤਾਂ ਨਹੀਂ ਹੋ ਸਕਦਾ ਭਾਵੇਂ ਤੁਸੀਂ ਆਪਣੇ ਆਪ ਚ ਕਿੰਨੇ ਵੀ ਉੱਚੇ ਸਾਧੂ ਬਣ ਜਾਓ ਕਿੰਨੇ ਵੀ ਕੁਛ ਅਖੀਰ ਜਿਹੜਾ ਇਹ ਸਰੀਰ ਨੂੰ ਜਿਹੜੀਆਂ ਸਰੀਰ ਦੀਆਂ ਲੋੜਾਂ ਪੂਰਤੀਆਂ ਕਰਨ ਵਾਸਤੇ ਜਿਹੜੀ ਕਰਤੇ ਦੀ ਕੁਦਰਤ ਆ ਉਹਦੇ ਵਿੱਚ ਵਿਚਰਨਾ ਹੀ ਪੈਂਦਾ ਜਿਵੇਂ ਕਿ ਕਦੇ ਪਹਾੜਾਂ ਦੇ ਵਿੱਚ ਤਾਂ ਚੱਲ ਗਿਆ ਪਰ ਪਹਾੜਾਂ ਦੇ ਵਿੱਚ ਜਾ ਕੇ ਉਹਨੂੰ ਧੁੱਪ ਦੀ ਵੀ ਲੋੜ ਆ ਉਹਨੂੰ ਪਾਣੀ ਦੀ ਵੀ ਲੋੜ ਆ ਉਹਨੂੰ ਉਹਨੂੰ ਕਿਸੇ ਦਾ ਸਹਯੋਗ ਦੀ ਲੋੜ ਆ ਉਹਨੂੰ ਖਾਣੇ ਦੀ ਲੋੜ ਆ ਉਹਨੂੰ ਫਲ ਦੀ ਲੋੜ ਆ ਉਹਨੂੰ ਹਰ ਚੀਜ਼ਾਂ ਦੀ ਲੋੜ ਹੈ ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਕੁਦਰਤ ਦੇ ਵਿੱਚ ਹੀ ਆਉਂਦੀਆਂ ਹਨ ਕੁਦਰਤ ਤੋਂ ਦੂਰ ਜਾ ਕੇ ਅਸੀਂ ਕੁਝ ਨਹੀਂ ਕਰ ਸਕਦੇ ਪਰ ਕੁਦਰਤ ਦੇ ਵਿੱਚੋਂ ਜਿਹੜਾ ਇਨਸਾਨ ਕਾਦਰ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਉਹ ਇੱਕ ਨਾ ਇੱਕ ਦਿਨ ਕਾਦਰ ਨੂੰ ਮਿਲ ਜਾਂਦਾ ਅੱਜ ਵੀ ਸਾਡੇ ਕੋਲ ਸਮਾਂ ਆ ਵਿਚਾਰਾਂ ਦੇ ਨਾਲ ਵਿਚਾਰ ਕਰਦਿਆਂ ਜੇ ਕਿਸੇ ਮੇਰੇ ਵੀਰ ਭੈਣ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਵੀ ਸਾਨੂੰ ਮੌਤ ਨੂੰ ਯਾਦ ਰੱਖਣਾ ਇੱਕ ਸਟਾਪ ਆ ਸਟਾਪ ਲਾ ਕੇ ਕਰਤੇ ਦੀ ਜਿਹੜੀ ਹੈ ਕੁਦਰਤ ਉਹਨੂੰ ਸਮਝਦੇ ਹੋਏ ਉਹਦੇ ਵਿੱਚ ਵਿਚਰਦੇ ਹੋਏ ਕਰਤੇ ਨੂੰ ਲੱਭਣਾ ਉਹਦੇ ਬਾਰੇ ਸੋਚਣਾ ਉਹਦੋਂ ਨੂੰ ਕੋਈ ਕਦਮ ਵਧਾਉਣੇ ਸਜੋਗ ਜੋ ਦੇ ਵਿੱਚ ਵਿਚਰਦੇ ਹੋਏ ਤੁਰਦੇ ਹੋਏ ਉਸ ਕਰਤੇ ਦੀ ਕੁਦਰਤ ਦੇ ਵਿੱਚ ਉਹਦੇ ਕੰਮਾਂ ਦੇ ਵਿੱਚ ਉਹਦੇ ਕੰਮਾਂ ਦਾ ਆਨੰਦ ਮਾਨਦੇ ਹੋਏ ਤੇ ਜੇ ਅਸੀਂ ਕਾਦਰ ਨੂੰ ਸੋਚਾਂਗੇ ਤੇ ਇੱਕ ਕਦਮ ਉਹਦੇ ਤੋਂ ਪੁੱਟਾਂਗੇ ਤੇ ਗੁਰੂ ਸਭਨ ਬੇਨਤੀ ਕੀਤੀਆ ਕਿ ਜਿੰਨੀ ਦਰ ਅਸੀਂ ਚੱਕਰ ਦੇ ਵਿੱਚ ਫਸੇ ਆਂ ਉਨੀ ਦਰ ਅਸੀਂ ਚੱਕਰ 'ਚ ਹੀ ਘੁੰਮਦੇ ਰਵਾਂਗੇ ਪਰ ਜਦੋਂ ਇਸ ਚੱਕਰ ਤੋਂ ਇੱਕ ਕਦਮ ਅਸੀਂ ਬਾਹਰ ਪੁੱਟ ਲਵਾਂਗੇ ਤੇ ਬਾਹਰ ਪੱਟਣ ਦਾ ਮਤਲਬ ਇਹ ਆ ਕਿ ਜਿਹੜਾ ਕਰਤਾ ਆ ਉਦੇ ਵੱਲੋਂ ਸਾਡਾ ਮੁਖ ਹੋ ਗਿਆ ਇਸ ਚੱਕਰ ਤੋਂ ਇੱਕ ਕਦਮ ਜਿੱਦ ਤੁਸੀਂ ਬਾਹਰ ਵੱਟ ਕੱਟ ਲਿਆ ਇਹਦਾ ਮਤਲਬ ਉਹ ਜਿਹੜਾ ਕਰਤਾ ਹੈ ਉਹਦੇ ਵੱਲੋਂ ਸਾਡਾ ਮੁਖ ਹੋ ਗਿਆ ਤੇ ਜਦੋਂ ਸਾਡਾ ਮੁਖ ਉਹਦੇ ਵੱਲੋਂ ਹੋ ਗਿਆ ਤੇ ਫੇ ਹਜ਼ਾਰਾਂ ਲੱਖਾਂ ਕਦਮ ਜਿਹੜਾ ਆ ਉਹ ਕਰਤਾ ਤੁਹਾਡੇ ਵੱਲੋਂ ਆ ਜਾਊਗਾ ਪਰ ਜੇ ਇਹ ਚੱਕਰ ਤੋਂ ਬਾਹਰ ਨਿਕਲ ਕੇ ਇੱਕ ਕਦਮ ਅਸੀਂ ਉਹਦੇ ਵੱਲੋਂ ਮੁਖ ਕਰਾਂਗੇ ਗੁਰਬਾਣੀ ਇਸ ਚੀ ਦੀ ਬਾਆ ਕਿ ਜਦੋਂ ਤੁਸੀਂ ਇੱਕ ਕਦਮ ਆਪਣੇ ਅਕਾਲਪੁਰਖ ਐਸੇ ਵੱਲੋਂ ਕਰਦੇ ਆਂ ਤੇ ਹਜ਼ਾਰਾਂ ਤੇ ਲੱਖਾਂ ਕਦਮ ਜਿਹੜੇ ਆ ਅਕਾਲ ਪੁਰਖ ਵਾਹਿਗੁਰੂ ਸਾਡੇ ਵੱਲ ਨੂੰ ਆਉਂਦਾ ਕਿਉਂ ਆਉਂਦਾ ਹੈ ਕਿਉਂਕਿ ਉਹ ਪਿਤਾ ਆ ਅਸੀਂ ਉਹਦੇ ਪੁੱਤਰ ਠੀ ਆਇਆ ਉਹ ਕਰਤਾ ਆ ਅਸੀਂ ਉਹਦੇ ਪੁੱਤਰ ਠੀ ਆਇਆ ਸਾਡੇ ਵਿੱਚ ਆਤਮਾ ਆ ਉਹ ਪਰਮਾਤਮਾ ਆ ਤੇ ਪਰਮਾਤਮਾ ਜਿਹੜੀ ਆ ਚਾਹੁੰਦੀ ਆ ਕਿ ਆਤਮਾ ਜਿਹੜੀ ਆ ਉਹਨੂੰ ਮਿਲੇ ਆਪਣੇ ਕਲਾਵੇ ਵਿੱਚ ਲਗੇ ਜੇ ਦੇਰੀ ਆ ਜਾ ਕੋ ਚੱਕਰ ਚਾ ਤੇ ਸਾਡੇ ਵੱਲੋਂ ਆ ਪਰਮਾਤਮਾ ਵੱਲੋਂ ਕੋਈ ਦੇਰੀ ਨਹੀਂ ਆਉ ਆਪਾਂ ਇਹ ਵਿਚਾਰ ਕਰਦੇ ਇੱਥੇ ਇਸ ਮਾਮ ਤੇ ਕਰੀਏ ਅਗਲੇ ਵਿਚਾਰ ਆਪ ਜੀ ਦਾ ਦੁਆਰਾ ਫੇਰ ਸਾਂਝੀ ਕਰਾਂਗੇ ਜੇ ਕੋਈ ਗੱਲ ਚੰਗੀ ਲੱਗੇ ਤੇ ਹਿਰਦੇ ਦੇ ਵਿੱਚ ਸੋਨੇ ਜਿਹੀ ਕੋ ਮਾੜੀ ਲੱਗੇ ਤੇ ਤਾਂ ਆਖੋ ਤੇ ਦਰੀ ਭੁੱਲਾ ਚੁਪਾ ਦੇਖੇ ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ